ਸ਼੍ਰੀਕਾਲ ਸਾਡੇ ਵਾਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਜਸੀ ਕੌਰ ਨਿਊਜ਼ੀਲੈਂਡ ਨਾਲ ਸੰਬੰਧਿਤ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹਾਂ ਬੀਤੇ ਦਿਨ ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ 41 ਨਵੇਂ ਕੇਸ ਦਰਜ ਕੀਤੇ ਗਏ ਨੇ ਇਹਨਾਂ ਵਿੱਚ 38 ਕੇਸ ਆਕਲੈਂਡ ਦੇ ਵਿੱਚ ਤੇ 3 ਕੇਸ ਵੈਲਿੰਗਟਨ ਦੇ ਵਿੱਚ ਪੁਸ਼ਟੀ ਹੋਈ ਹੈ ਇਸੇ ਦੇ ਨਾਲ ਨਿਊਜ਼ੀਲੈਂਡ ਵਿੱਚ ਟੋਟਲ ਕਮਿਊਨਿਟੀ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 148 ਬੀਤੀ ਰਾਤ ਤੱਕ ਹੋ ਚੁੱਕੀ ਹੈ ਇਹਨਾਂ ਨਵੇਂ ਕੇਸਾਂ ਨੂੰ ਵੀ ਇਸ ਸਮੇਂ ਕੁਆਰੰਟਾਈਨ ਫੈਸਿਲਿਟੀ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਵੀ ਇੱਥੇ ਦਿੱਤੀ ਡਾਕਟਰ ਐਸ਼ਲੇ ਬਲੂਮਫੀਲਡ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਮੁਤਾਬਕ ਜ਼ਿਆਦਾਤਰ ਕੇਸ ਇਸ ਆਊਟਬ੍ਰੇਕ ਦੇ ਵਿੱਚ ਸਮੂਨ ਕਮਿਊਨਿਟੀ ਦੇ ਨਾਲ ਸੰਬੰਧਿਤ ਨੇ ਕਿਉਂਕਿ ਅਸੈਂਬਲੀ ਆਫ ਗੋਡ ਚਰਚ ਮੈਂਗਰੀ ਦੇ ਨਾਲ ਸੰਬੰਧਿਤ 58 ਕੇਸ ਇਸ ਦੇ ਵਿੱਚ ਇਹਨਾਂ ਦੀ ਪੁਸ਼ਟੀ ਹੋਈ ਹੈ ਇਸੇ ਦੇ ਨਾਲ ਇਹ ਵੀ ਦੱਸਿਆ ਗਿਆ ਕਿ 8 ਲੋਕ ਇਸ ਸਮੇਂ ਹਸਪੀਟਲ ਦੇ ਵਿੱਚ ਨੇ ਹਾਲਾਂਕਿ ICU ਦੇ ਵਿੱਚ ਕਿਸੇ ਨੂੰ ਵੀ ਨਹੀਂ ਰੱਖਿਆ ਗਿਆ ਇਸੇ ਦੇ ਨਾਲ ਡਾਕਟਰ ਐਸ਼ਲੇ ਬਲੂਮਫੀਲਡ ਦੇ ਵੱਲੋਂ ਇਹ ਵੀ ਜਾਣਕਾਰੀ ਦਿੰਦਿਆਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਇਸ ਆਊਟਬ੍ਰੇਕ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਇੱਕ ਪੋਜ਼ਿਟਿਵ ਕੇਸ ਦੀ ਉਮਰ ਸਿਰਫ 1 ਸਾਲ ਤੋਂ ਵੀ ਘੱਟ ਹੈ ਜੀ ਹਾਂ 1 ਸਾਲ ਤੋਂ ਵੀ ਘੱਟ ਉਮਰ ਦੇ ਇੱਕ ਬੱਚੇ ਨੂੰ ਵੀ ਕੋਵਿਡ-19 ਦੀ ਪੁਸ਼ਟੀ ਹੋਈ ਹੈ ਤੇ ਇਹ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਕੋਵਿਡ ਕੇਸ ਦੱਸਿਆ ਗਿਆ ਨਿਊਜ਼ੀਲੈਂਡ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਬੜੀ ਹੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਪਰ ਆਕਲੈਂਡ ਦੇ ਵਿੱਚ ਇੱਕ ਤਾਜ਼ਾ ਮਾਮਲਾ ਵੈਕਸੀਨੇਸ਼ਨ ਨੂੰ ਲੈ ਕੇ ਸਾਹਮਣੇ ਆਇਆ ਜਿੱਥੇ ਕਿ ਕੁਝ ਲੋਕਾਂ ਨੂੰ ਵੈਕਸੀਨੇਸ਼ਨ ਦੇ ਥਾਂ ਤੇ ਕੋਈ ਹੋਰ ਟੀਕਾ ਲਗਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੀਤੇ ਮਹੀਨੇ 5 ਆਕਲੈਂਡ ਵਾਸੀਆਂ ਨੂੰ ਕੋਵਿਡ-19 ਦੀ ਵੈਕਸੀਨ ਦੀ ਜਗ੍ਹਾ ਸਲਾਈਨ ਸੋਲਿਊਸ਼ਨ ਦੀ ਡੋਜ਼ ਲਗਾ ਦਿੱਤੀ ਗਈ ਹੈ ਹਾਲਾਂਕਿ ਹੈਲਥ ਮਿਨਿਸਟਰੀ ਦੇ ਵੱਲੋਂ ਇਹਨਾਂ ਲੋਕਾਂ ਨੂੰ ਹਜੇ ਤੱਕ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਹਜੇ ਤੱਕ ਇਹ ਵੀ ਪਤਾ ਨਹੀਂ ਕੀਤਾ ਗਿਆ ਕਿ ਇਹ 5 ਲੋਕੀ ਕੌਣ ਨੇ ਜਿਨ੍ਹਾਂ ਨੂੰ ਗਲਤ ਡੋਜ਼ ਦਿੱਤੀ ਗਈ ਹੈ ਦੱਸਦੇ ਕਿ ਆਕਲੈਂਡ ਦੇ ਹਾਈਬ੍ਰੁਕ ਵੈਕਸੀਨੇਸ਼ਨ ਸੈਂਟਰ ਦੀ ਇਹ ਘਟਨਾ ਹੈ ਜਿੱਥੇ ਕਿ ਬੀਤੇ ਮਹੀਨੇ ਵੈਕਸੀਨੇਸ਼ਨ ਦੇਣ ਤੋਂ ਬਾਅਦ ਦਿਨ ਦੇ ਖਤਮ ਹੋਣ ਤੇ 5 ਡੋਜ਼ ਬਾਕੀ ਬਚ ਗਈਆਂ ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਗਿਆ ਕਿ 5 ਲੋਕਾਂ ਨੂੰ ਕੁਝ ਹੋਰ ਹੀ ਡੋਜ਼ ਦੇ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਹੈਲਥ ਮਿਨਿਸਟਰੀ ਦੇ ਵੱਲੋਂ ਇਸ ਨੂੰ ਕਨਫਰਮ ਕੀਤਾ ਗਿਆ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਉਸ ਦਿਨ 700 ਤੋਂ ਵੱਧ ਲੋਕਾਂ ਦੇ ਵੱਲੋਂ ਇਸ ਵੈਕਸੀਨੇਸ਼ਨ ਸੈਂਟਰ ਤੋਂ ਵੈਕਸੀਨ ਲਈ ਗਈ ਸੀ ਉਧਰ ਕੋਵਿਡ-19 ਵੈਕਸੀਨੇਸ਼ਨ ਤੇ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਨੈਸ਼ਨਲ ਡਾਇਰੈਕਟਰ ਦੇ ਮੁਤਾਬਕ ਇਹ ਹਜੇ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਲੋਕਾਂ ਨੂੰ ਗਲਤ ਡੋਜ਼ ਦਿੱਤੀ ਗਈ ਆ ਇਸ ਦੇ ਕੋਈ ਹੋਰ ਕਾਰਨ ਵੀ ਹੋ ਸਕਦੇ ਨੇ ਪਰ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਨੂੰ ਗਲਤ ਡੋਜ਼ ਦਿੱਤੀ ਗਈ ਹੋਵੇ ਪਰ ਇਸ ਦੇ ਬਾਰੇ ਫਿਲਹਾਲ ਰਿਵਿਊ ਤੇ ਜਾਂਚ ਕੀਤੀ ਜਾ ਰਹੀ ਹੈ ਬੀਤੇ ਦਿਨ ਕ੍ਰਾਈਸਟਚਰਚ ਦੇ ਇੱਕ ਸੁਪਰਮਾਰਕਟ ਦੇ ਵਿੱਚ ਇੱਕ ਵਿਅਕਤੀ ਵੱਲੋਂ ਹੰਗਾਮਾ ਕਰਨ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਇਹ ਘਟਨਾ ਫੇਰੀ ਰੋਡ ਕ੍ਰਾਈਸਟਚਰਚ ਦੇ ਕਾਊਂਟਡਾਊਨ ਤੇ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਮਾਸਕ ਨਹੀਂ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਸਟਾਫ ਦੇ ਨਾਲ ਵੀ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਗਈ ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਪੁਲਿਸ ਨੇ ਆ ਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਇਹ 45 ਸਾਲਾ ਵਿਅਕਤੀ ਕਾਊਂਟਡਾਊਨ ਦੇ ਵਿੱਚ ਕਾਫੀ ਹੰਗਾਮਾ ਕਰ ਰਿਹਾ ਸੀ ਫਿਲਹਾਲ ਇਸ ਵਿਅਕਤੀ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਸ਼ੁੱਕਰਵਾਰ ਪੇਸ਼ ਕੀਤਾ ਜਾਏਗਾ ਨਿਊਜ਼ੀਲੈਂਡ ਵਿੱਚ ਕੋਵਿਡ-19 ਆਊਟਬ੍ਰੇਕ ਹੋਣ ਦੇ ਕਾਰਨ ਜਿੱਥੇ ਲੌਕਡਾਊਨ ਲੈਵਲ 4 ਲਾਗੂ ਕੀਤਾ ਗਿਆ ਪੂਰੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਲੋਕੀ ਇਹਨਾਂ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕੀ ਵੀ ਨੇ ਜੋ ਇਹਨਾਂ ਨਿਯਮਾਂ ਨੂੰ ਤੋੜ ਰਹੇ ਨੇ ਬੀਤੇ ਦਿਨ ਵੈਲਿੰਗਟਨ ਪੁਲਿਸ ਦੇ ਵੱਲੋਂ ਦਰਜਨਾਂ ਲੋਕਾਂ ਨੂੰ ਨਿਯਮ ਤੋੜਨ ਦੇ ਸਬੰਧ ਦੇ ਵਿੱਚ ਫੜਿਆ ਵੀ ਗਿਆ ਇਹਨਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਸਪੀਡਿੰਗ ਕਰਨ ਦੇ ਲਈ ਨੋਟਿਸ ਜਾਰੀ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਬੀਤੇ ਦਿਨ ਵੈਲਿੰਗਟਨ ਡਿਸਟ੍ਰਿਕਟ ਦੇ ਵਿੱਚ 87 ਲੋਕਾਂ ਦੇ ਵੱਲੋਂ ਨਿਯਮਾਂ ਨੂੰ ਤੋੜਿਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਪੀਡਿੰਗ ਕੀਤੀ ਜਾ ਰਹੀ ਸੀ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ 130 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਗੱਡੀ ਚਲਾਈ ਜਾ ਰਹੀ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਇਸੇ ਦੇ ਨਾਲ 6 ਦੇ ਕਰੀਬ ਲੋਕਾਂ ਦੇ ਵੱਲੋਂ ਡਰਿੰਕ ਐਂਡ ਡਰਾਈਵ ਵੀ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਬੀਤੇ ਵੀਰਵਾਰ ਤੋਂ ਲੈ ਕੇ ਹੁਣ ਤੱਕ 507 ਦੇ ਕਰੀਬ ਲੋਕਾਂ ਨੂੰ ਲੌਕਡਾਊਨ ਦੇ ਨਿਯਮ ਤੋੜਦਿਆਂ ਫੜਿਆ ਗਿਆ ਤੇ ਨੋਟਿਸ ਜਾਰੀ ਕੀਤੇ ਗਏ ਨੇ ਜੇਕਰ ਆਨਲਾਈਨ ਨੋਟੀਫਿਕੇਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੂੰ ਹੁਣ ਤੱਕ 7099 ਦੇ ਕਰੀਬ ਤਕਰੀਬਨ 8000 ਦੇ ਕਰੀਬ ਇਹਨਾਂ ਨੋਟੀਫਿਕੇਸ਼ਨਸ ਦੀ ਰਿਪੋਰਟ ਮਿਲੀ ਹੈ ਇਹਨਾਂ ਨੋਟੀਫਿਕੇਸ਼ਨ ਦੇ ਵਿੱਚ 4280 ਇਕੱਠ ਕਰਨ ਨੂੰ ਲੈ ਕੇ ਨਿਯਮ ਤੋੜੇ ਗਏ ਨੇ 2162 ਕਾਰੋਬਾਰਾਂ ਦੇ ਨਾਲ ਸੰਬੰਧਿਤ ਨੇ
ਤੇ 657 ਆਮ ਲੋਕਾਂ ਦੇ ਵੱਲੋਂ ਨਿਯਮ ਤੋੜੇ ਜਾਣ ਦੇ ਨੋਟੀਫਿਕੇਸ਼ਨ ਮਿਲੇ ਨੇ। ਇਸ ਬਾਅਦ ਪੁਲਿਸ ਦੇ ਵੱਲੋਂ ਕਈਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਨੇ। ਇਸ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਜਾਣਕਾਰੀਆਂ ਦੇ ਲਈ ਤੁਸੀਂ ਬਣੇ ਰਹੋ ਸਾਡੇ ਵਾਲਾ ਟੀਵੀ ਦੇ ਨਾਲ। ਹੁਣ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।